ਚੀਮਾ ਸਾਹਿਬ, ਅੱਜ ਬੈਠਕ ਹੋਈ ਹੈ, ਕਿਆ ਨਿਕਲ ਕਰਕੇ ਸਾਹਮਣੇ ਆਇਆ? ਦੇਖੋ, ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹੈੱਡ ਆਫਿਸ ਦੇ ਵਿੱਚ ਕਾਫੀ ਸਵੇਰ ਤੋਂ ਮੀਟਿੰਗਾਂ ਹੋ ਰਹੀਆਂ ਔਰ ਸੀਨੀਅਰ ਲੀਡਰਸ਼ਿਪ ਸਾਡੇ MLA XMLA SGPC ਮੈਂਬਰ ਅਤੇ ਹੋਰ ਯੂਥ ਦੇ ਸਾਰੇ ਲੀਡਰ ਅੱਜ ਸ਼ਾਮਲ ਹੋਏ। ਦੋ ਕੰਮਾਂ ਨੂੰ ਮੁੱਖ ਰੱਖ ਕੇ ਅਸੀਂ ਮੀਟਿੰਗਾਂ ਕਰ ਰਹੇ ਹਾਂ। ਇੱਕ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਲਾਸਟ ਡੇਟ ਜਿਹੜੀ ਵੋਟਾਂ ਬਣਦੀ ਹੈ ਉਹ 31 ਜੁਲਾਈ, ਉਹਦਾ ਅਸੀਂ ਦੇਖ ਰਹੇ ਹਾਂ ਕਿ ਕਿੱਥੇ ਕਿੱਥੇ ਵੋਟਾਂ ਘੱਟ ਬਣੀਆਂ ਰਿਪੋਰਟ ਲੈ ਰਹੇ ਹਾਂ ਔਰ ਜਿੱਥੇ ਵੋਟਾਂ ਘੱਟ ਬਣੀਆਂ ਉੱਥੇ ਬੇਨਤੀ ਕਰ ਰਹੇ ਹਾਂ ਕਿ ਇਹ ਜਿਹੜੇ ਦਿਨ ਹੈ 15 ਤੇਜ਼ੀ ਦੇ ਨਾਲ ਲਗਾ ਕੇ ਅਤੇ ਵੋਟਾਂ ਵੱਧ ਤੋਂ ਵੱਧ ਰਜਿਸਟਰ ਕਰਾਈਆਂ ਜਾਣ। ਦੂਜਾ ਇਹ ਕਿ 4 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣ ਆਉਣ ਵਾਲੀ, ਉਹ ਇਲੈਕਸ਼ਨ ਕਿਵੇਂ ਤਗੜੇ ਹੋ ਕੇ ਲੜਨੀ ਹੈ, ਕਿਹੜੇ ਕਿਹੜੇ ਜ਼ਿਲ੍ਹੇ ਦੀ ਡਿਊਟੀ ਕਿੱਥੇ ਕਿੱਥੇ ਲੱਗਣੀ ਹੈ, ਉਹਨਾਂ ਦੀ ਆਪਸ਼ਨ ਵੀ ਲੈ ਰਹੇ ਹਾਂ, ਉਹਨਾਂ ਨੂੰ ਸੁਜੈਸ਼ਨਸ ਵੀ ਦੇ ਰਹੇ ਹਾਂ ਕਿ ਹੁਣ ਤੋਂ ਜਾ ਕੇ ਜਿਹਨਾਂ ਲੀਡਰਾਂ ਨੇ ਜਿੱਥੇ ਡਿਊਟੀ ਕਰਨੀ ਹੈ ਘੱਟੋ ਘੱਟ ਹਫ਼ਤੇ 'ਚ 2-2, 3-3 ਦਿਨ ਉੱਥੇ ਜਾ ਕੇ ਆਪਣਾ ਸੰਪਰਕ ਸਥਾਨਕ ਲੀਡਰਸ਼ਿਪ ਦੇ ਨਾਲ ਵਰਕਰ ਦੇ ਨਾਲ ਬਣਾ ਲੈਣ। ਤੋ ਇਸ ਕਰਕੇ ਬੜੀਆਂ ਅੱਛੀਆਂ ਮੀਟਿੰਗਾਂ ਚੱਲ ਰਹੀਆਂ ਔਰ ਮੈਂ ਸਾਰੇ ਲੀਡਰ ਦਾ ਵਰਕਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਹਾਜ਼ਰੀ ਜਿਹੜੀ ਹੈ ਉਹ ਦਫ਼ਤਰ ਦੇ ਵਿੱਚ ਭਰੀ। ਇੱਕ ਜੋ ਆਪਕਾ ਬਾਗੀ ਧੜਾ ਹੈ ਉਹ ਵੀ ਲਗਾਤਾਰ ਬੈਠ ਕੇ ਕਰ ਰਹਾ ਹੈ, ਉਨਕੀ ਵੀ ਅੱਜ ਬੈਠਕ ਚੱਲ ਰਹੀ ਹੈ, ਕੈਸੇ ਦੇਖਤੇ ਹੈ? ਦੇਖੋ, ਬਾਗੀ ਧੜਾ ਤੁਸੀਂ ਆਪ ਹੀ ਲਫ਼ਜ਼ ਬਾਗੀ ਵਰਤ ਲਿਆ ਅਤੇ ਬਾਗੀ ਦਾ ਮਤਲਬ ਵੀ ਹੈ ਜਿਹੜਾ ਪਾਰਟੀ ਦੀਆਂ ਨੀਤੀਆਂ ਨਾਲ ਹੀ ਸਹਿਮਤ ਨਹੀਂ। ਅਸੀਂ ਤਾਂ ਚਾਹੁੰਦੇ ਨਹੀਂ ਸੀ ਕਿ ਕੋਈ ਬਾਗੀ ਹੋਵੇ, ਕਿਉਂਕਿ ਜਦੋਂ ਪ੍ਰਧਾਨ ਸਾਹਿਬ ਲਗਾਤਾਰ ਮੀਟਿੰਗਾਂ ਕਰ ਰਹੇ ਸੀ ਅਤੇ ਸਾਰਿਆਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਬਾਹਰ ਗੱਲ ਕਰਨ ਦੀ ਬਜਾਏ ਪਾਰਟੀ ਦਫ਼ਤਰ ਦੇ ਵਿੱਚ ਆ ਕੇ ਮੀਟਿੰਗਾਂ ਚੱਲ ਰਹੀਆਂ ਉੱਥੇ ਗੱਲ ਕਰੋ। ਹੁਣ ਉਹ ਮੀਟਿੰਗਾਂ ਖਤਮ ਹੋਈਆਂ, ਇਹਨਾਂ ਨੇ ਉੱਥੇ ਆਉਣ ਦੀ ਬਜਾਏ ਬਾਹਰ ਜਾ ਕੇ ਪਾਰਟੀ ਦੇ ਖਿਲਾਫ਼ ਜਿਹੜੀ ਬਿਆਨਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ, ਪਾਰਟੀ ਦਾ ਨੁਕਸਾਨ ਕਰਨਾ ਸ਼ੁਰੂ ਕਰ ਦਿੱਤਾ। ਇਸ ਕਰਕੇ ਤਾਂ ਹੁਣ ਉਹਨਾਂ ਦੀ ਮਰਜ਼ੀ ਹੈ, ਪਾਰਟੀ ਦੇ ਵਿੱਚ ਰਹਿ ਕੇ ਸਾਰਿਆਂ ਨੂੰ ਪਾਰਟੀ ਅਨੁਸ਼ਾਸਨ ਦਾ ਪਾਬੰਦ ਹੋਣਾ ਪੈਂਦਾ। ਜੇ ਕੋਈ ਅਨੁਸ਼ਾਸਨ ਤੋੜਦਾ ਤਾਂ ਫਿਰ ਉਹ ਪਾਰਟੀ ਦਾ ਹਿੱਸਾ ਨਹੀਂ ਰਹਿੰਦਾ। ਅਸੀਂ ਉਹਦੇ ਕਿਹਾ ਸੀ ਕਿ ਜੇ ਤੁਸੀਂ ਪਾਰਟੀ ਫੋਰਮ 'ਤੇ ਨਹੀਂ ਆਉਂਦੇ ਤਾਂ ਇਹਦਾ ਮਤਲਬ ਤੁਹਾਡਾ ਪਾਰਟੀ ਦੇ ਫੋਰਮ ਦੇ ਉੱਤੇ ਵਿਸ਼ਵਾਸ ਨਹੀਂ ਹੈ, ਪਾਰਟੀ ਦੇ ਵਿੱਚ ਵਿਸ਼ਵਾਸ ਨਹੀਂ ਹੈ। ਤਾਂ ਠੀਕ ਹੈ, ਉਹਨਾਂ ਨੇ ਸਾਬਤ ਕਰ ਦਿੱਤਾ ਕਿ ਸਾਡਾ ਪਾਰਟੀ ਦੇ ਵਿੱਚ ਵਿਸ਼ਵਾਸ ਨਹੀਂ, ਇਸ ਕਰਕੇ ਉਹ ਮੀਟਿੰਗ ਕਰ ਰਹੇ ਆ, ਆਪਣੀ ਕਰੀ ਜਾਣ, ਸਾਡਾ ਉਹਦੇ 'ਚ ਕੀ ਹੈ। SGPC ਚੁਣਾਵ ਮੈਂ ਕੋਈ ਨੁਕਸਾਨ ਉਹ ਧੜਾ ਦੇ ਸਕਦਾ ਹੈ ਆਪ ਲੋਕੋ ਕੋ? ਨਹੀਂ, ਦੇਖੋ ਗੱਲ ਇਹ ਹੈ ਕਿ ਕਿੰਨੇ ਕੁ ਬੰਦੇ ਉਹਨਾਂ ਦੇ ਨਾਲ ਤੁਹਾਡੇ ਸਾਹਮਣੇ ਖੜ੍ਹੇ ਹੋਏ, ਗਿਣਤੀ ਦੇ ਲੀਡਰ, ਇਸ ਕਰਕੇ ਪਾਰਟੀ ਦੇ ਵਿੱਚ ਇਸ ਵੇਲੇ ਕੋਈ ਵੀ ਬੰਦਾ ਨਹੀਂ ਚਾਹੁੰਦਾ, ਕੋਈ ਹੇਠਾਂ ਤੱਕ ਵਰਕਰ ਨਹੀਂ ਚਾਹੁੰਦਾ ਕਿ ਪਾਰਟੀ ਦਾ ਕਿਸੇ ਤਰੀਕੇ ਨੁਕਸਾਨ ਹੋ। ਹਰ ਕੋਈ ਚਿੰਤਤ ਹੈ, ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦਾ, ਅਤੇ ਜਿਹੜਾ ਕੋਈ ਬੰਦਾ ਪਾਰਟੀ ਦਾ ਨੁਕਸਾਨ ਕਰਨ ਦੀ ਸੋਚੇਗਾ ਉਹ ਆਪੇ ਹੀ ਵਰਕਰ ਜਿਹੜਾ ਉਹਦਾ ਹੱਲ ਕਰ ਦੇਣ। ਜਲੰਧਰ ਵੈਸਟ ਚੁਣਾਵ ਕੋ ਲੈ ਕੇ ਵੀ ਕੋਈ ਚਰਚਾ ਹੋਈ, ਉਸਦੀ ਕੋਈ ਸਮੀਖਿਆ ਹੋਈ? ਨਹੀਂ, ਸਾਡੇ ਤਾਂ ਅਸੀਂ ਪਹਿਲਾਂ ਹੀ ਉੱਥੇ ਫੈਸਲਾ ਕਰ ਲਿਆ ਸੀ ਕਿ ਅਸੀਂ ਨਹੀਂ ਲੜਾਂਗੇ। ਅਸੀਂ ਜਿਹੜੀ ਹੈ ਬਸਪਾ ਨੂੰ ਕਿਹਾ ਸੀ ਕਿ ਤੁਸੀਂ ਲੜਨੀ ਹੈ ਤੁਸੀਂ ਲੜੋ, ਉਹਨਾਂ ਨੂੰ ਸਮਰਥਨ ਦਿੱਤਾ ਸੀ। ਅਸੀਂ ਤਾਂ ਬੜਾ ਸਪਸ਼ਟ ਫੈਸਲਾ ਕਰ ਲਿਆ ਸੀ, ਕਿਉਂਕਿ ਸਾਡੀ ਸ਼ਹਿਰ ਦੀ ਜਿਹੜੀ ਜਥੇਬੰਦੀ ਹੈ ਉਹਨੇ ਕਿਹਾ ਸੀ ਕਿ ਅਸੀਂ ਨਹੀਂ ਲੜਨੀ, ਇਹ BJP ਦਾ ਹਲਕਾ, ਇਸ ਕਰਕੇ ਪਹਿਲਾਂ ਅਸੀਂ 2 ਸਾਲ ਮਿਹਨਤ ਕਰਕੇ ਇੱਥੇ ਆਪਣੀ ਜਥੇਬੰਦੀ ਬਣਾਵਾਂਗੇ, ਫਿਰ ਅਸੀਂ ਜਨਰਲ ਇਲੈਕਸ਼ਨ ਲੜਾਂ। ਉਹਨਾਂ ਦਾ ਫੈਸਲਾ ਠੀਕ ਸੀ, ਪ੍ਰਧਾਨ ਸਾਹਿਬ ਨੇ ਐਕਸੈਪਟ ਕੀਤਾ, ਫਿਰ ਵਿੱਚ ਜਿਹੜੀ ਹੈ ਕੋਈ ਸ਼ਰਾਰਤਬਾਜ਼ੀ ਹੋਈ, ਉਹਦਾ ਨਤੀਜਾ ਵੀ ਤੁਹਾਡੇ ਸਾਹਮਣੇ ਆ ਕੇ ਨਿਕਲਿਆ ਕਿ ਜਦੋਂ ਪਹਿਲਾਂ ਪਤਾ ਹੋਵੇ ਕਿ ਇੱਥੇ ਤੁਸੀਂ ਕਮਜ਼ੋਰ ਹੋ, 2200 ਵੋਟ ਤੁਹਾਨੂੰ ਪਾਰਲੀਮੈਂਟ ਦੇ ਵਿੱਚ ਪਈ ਹੈ, ਅਤੇ ਸਿਰਫ ਪਾਰਟੀ ਦਾ ਨੁਕਸਾਨ ਕਰਨ ਵਾਸਤੇ, ਲੀਡਰਸ਼ਿਪ ਦਾ ਨੁਕਸਾਨ ਕਰਨ ਵਾਸਤੇ ਕੁਛ ਲੀਡਰਾਂ ਨੇ ਜਿੱਦ ਕੀਤੀ ਸੀ, ਨਤੀਜਾ ਤੁਹਾਡੇ ਸਾਹਮਣੇ ਆ ਗਿਆ।
लेकिन पार्टी के नाम के ऊपर कैंडिडेट खड़ी हुई और जिस तरह का हश्र हुआ है वो आप सबके सामने, तो कहीं ना कहीं पार्टी बदनाम हुई है, तो उसको लेकर के कहीं ना कहीं कदम उठाया जाएगा? साजिश थी पार्टी को बदनाम करने, वैसे तो हर एक को पता कि पार्टी ने अपना अधिकारित तौर पर फैसला अनाउंस कर दिता सी, कैंडीडेट नू इन टाइम हदायतां दे दित्तियां सी कि तुसी अपना नाम विदड्रा करो और विदड्रा करने वास्ते कैंडीडेट पहुंच गया सी रिटर्निंग अफसर के दफ्तर के विच, पर साढ़े कोई लीडर ने उत्थे जान के उन्हें गुमराह किया, सिर्फ वह तमाशा बनाना चाहते सी और वह तमाशा बनिया। पर सारे जिहड़ी आ पंजाब दे लोकां नू पता है कि अकाली दल ने फैसला कर लिया सी कि इलैक्शन नहीं लड़नी, असीं नहीं लड़ी। मेरा आखिरी सवाल है कि जिस तरह से पहले आपने कहा था कि उन लीडर्स के लिए हमने खुला मैदान छोड़ा है कि वो आना चाहें तो आ सकते हैं दोबारा, तो अब कहीं ना कहीं उनके ऊपर कोई कार्रवाई की जाएगी? क्योंकि अभी जलंधर वेस्ट चुनाव में जिस तरह का बागीपन उन्होंने दिखाया और भी लगातार बैठ के वो कर रहे हैं, तो कोई कार्रवाई हो सकती है? पार्टी की एक अनुशासनी कमेटी है, बुंदर साहब उसके चेयरमैन है, गरेवाल साहब जो हमारे सीनियर साथी मेरे साथ बैठे हैं वो मेंबर हैं, राणी के साहब मेंबर हैं, ये अनुशासनी कमेटी देखेगी कि क्या जो है करना है। जो अनुशासनी कमेटी इंतजार करना चाहती है, पार्टी हमेशा उनके साथ होती है।